ਵੈਸ਼ਨੋ ਦੇਵੀ ਗਿਆ ਸੀ ਪੂਰਾ ਪਰਿਵਾਰ ਪਿੱਛੋਂ ਚੋਰਾਂ ਨੇ ਕਰਤਾ ਹਾਦਸਾ। ਜਦੋਂ ਦੇਖਿਆ ਘਰ ਆ ਕੇ ਤਾਂ ਪਰਿਵਾਰ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ। ਲੱਖਾਂ ਰੁਪਿਆਂ ਦੀ ਨਕਦੀ ਲੈ ਕੇ ਚੋਰ ਹੋਏ ਫਰਾਰ। ਬੱਚਿਆਂ ਦੀਆਂ ਗੋਲਕਾਂ ਵੀ ਨਾਲ ਲੈ ਗਏ ਚੋਰ। ਬਟਾਲਾ ਸ਼ਹਿਰ ਦੇ ਅੰਦਰੂਨੀ ਇਲਾਕੇ ਤੰਗ ਬਾਜ਼ਾਰ ਪਾਂਦੀਆਂ ਮੁਹੱਲੇ 'ਚ ਚੋਰਾਂ ਦੇ ਵੱਲੋਂ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਗਿਆ। ਪੂਰਾ ਪਰਿਵਾਰ ਵੈਸ਼ਨੋ ਦੇਵੀ ਗਿਆ ਹੋਇਆ ਸੀ ਤਾਂ ਜਦੋਂ ਉਹਨਾਂ ਨੇ ਵਾਪਸ ਆ ਕੇ ਦੇਖਿਆ ਤਾਂ ਘਰ ਦੇ ਮੁੱਖ ਦਰਵਾਜ਼ੇ ਤੇ ਤਾਂ ਉਵੇਂ ਹੀ ਜਿੰਦਰਾ ਲੱਗਿਆ ਹੋਇਆ ਸੀ ਜਿਵੇਂ ਉਹ ਬੰਦ ਕਰਕੇ ਗਏ ਸੀ। ਪਰ ਜਦ ਘਰ ਦਾ ਦਰਵਾਜ਼ਾ ਖੋਲ ਕੇ ਉਹ ਅੰਦਰ ਜਾ ਕੇ ਦੇਖਦੇ ਨੇ ਤਾਂ ਘਰ ਦੇ ਅੰਦਰ ਸਾਰਾ ਸਮਾਨ ਖਿਲਰਿਆ ਹੋਇਆ ਸੀ। ਘਰ ਦੇ ਕਮਰਿਆਂ ਦੀ ਫਰੋਲਾ ਫਰਾਲੀ ਕੀਤੀ ਹੋਈ ਸੀ। ਅਲਮਾਰੀਆਂ ਤੋੜ ਕੇ ਅੰਦਰੋਂ ਸਾਰਾ ਕੀਮਤੀ ਸਮਾਨ, ਘਰ ਚ ਰੱਖੀ ਲੱਖਾਂ ਰੁਪਿਆ ਦੀ ਨਕਦੀ, ਸੋਨੇ ਚਾਂਦੀ ਦੇ ਗਹਿਣੇ ਸਭ ਕੁਝ ਗਾਇਬ ਸੀ। ਤਾਂ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਚੋਰ ਘਰ ਦੀ ਛੱਤ ਰਾਹੀਂ ਘਰ ਦੇ ਵਿੱਚ ਦਾਖਲ ਹੋਏ ਨੇ। ਤਾਂ ਜਿਨ੍ਹਾਂ ਦੇ ਵੱਲੋਂ ਇਹ ਸਾਰਾ ਕੀਮਤੀ ਸਮਾਨ ਅਤੇ ਲੱਖਾਂ ਰੁਪਿਆ ਦੀ ਨਕਦੀ ਚੋਰੀ ਕਰ ਲਈ ਗਈ। ਇੱਥੋਂ ਤੱਕ ਕਿ ਬੱਚਿਆਂ ਦੀਆਂ ਗੋਲਕਾਂ ਵੀ ਚੋਰਾਂ ਨੇ ਨਹੀਂ ਛੱਡੀਆਂ। ਤਾਂ ਪਰਿਵਾਰ ਦੇ ਜਿਹੜੇ ਕਿ ਪੈਰਾਂ ਹੇਠ ਜ਼ਮੀਨ ਖਿਸਕ ਜਾਂਦੀ ਆ ਘਰ ਦੀ ਹਾਲਤ ਦੇਖ ਕੇ, ਤਾਂ ਤੁਰੰਤ ਪੁਲਿਸ ਨੂੰ ਵੀ ਸੂਚਿਤ ਕੀਤਾ ਜਾਂਦਾ। ਤਾਂ ਦੱਸ ਦੇ ਕਿ ਪਰਿਵਾਰ ਦੇ ਦੱਸਣ ਮੁਤਾਬਕ 35 ਲੱਖ ਰੁਪਏ ਦੇ ਕਰੀਬ ਕੈਸ਼, ਸੋਨੇ ਚਾਂਦੀ ਦੇ ਗਹਿਣੇ ਸਭ ਕੁਝ ਚੋਰੀ ਕਰਕੇ ਫਰਾਰ ਹੋ ਗਏ। ਮੁਕੇਸ਼ ਕੁਮਾਰ ਅਰੋੜਾ। ਭਾਜੀ ਆਪਾਂ ਨਾ ਸ਼ਨੀਵਾਰ ਮਨੇਰੇ ਗਏ ਇੱਥੋਂ 6:30 ਵਜੇ ਵੈਸ਼ਨੋ ਦੇਵੀ, ਤੇ ਹੁਣ ਸੋਮਵਾਰ ਸ਼ਾਮ ਨੂੰ 7:30 ਵਜੇ ਅਸੀਂ ਘਰ ਪਹੁੰਚੇ ਹਾਂ। ਘਰ ਦਾ ਜਿਹੜਾ ਮੇਨ ਸੀ ਗੇਟ ਜਿਹੜਾ ਸੀਗਾ ਉਹ ਤਾਂ ਬੰਦ ਵਾ, ਪਰ ਜਿਹੜਾ ਸਾਡਾ ਉੱਪਰਲਾ ਦਰਵਾਜ਼ਾ ਨਾ ਘਰ ਦੇ ਉੱਪਰ ਜਿਹੜਾ ਜਾ ਕੇ ਉਹ ਦਰਵਾਜ਼ਾ ਟੁੱਟਿਆ ਹੋਇਆ ਸੀਗਾ। ਉਹਦੇ ਵਿੱਚੋਂ ਕਿਸੇ ਨੇ ਆ ਕੇ ਤੇ ਸਾਡਾ ਸਾਰਾ ਹੀ ਜੋ ਵੀ ਸਾਡਾ ਕੈਸ਼ ਸੀਗਾ, ਸਾਡਾ ਸੋਨਾ ਤੇ ਜਿੰਨਾ ਵੀ ਚਾਂਦੀ ਚੁੰਦੀ ਜੋ ਵੀ ਸਾਰਾ ਸਮਾਨ ਸੀ ਸਾਰਾ ਕੁਛ ਲੈ ਗਏ ਜੀ। ਸਾਨੂੰ ਪਤਾ ਹੁਣ 7:30 ਵਜੇ ਆ ਕੇ ਲੱਗਾ ਇਹਦੇ ਬਾਰੇ ਇਹਦੀ ਲਿਸਟ ਆਪਾਂ ਬਣਾਈ ਆ। ਲਗਭਗ ਕੋਈ ਨੁਕਸਾਨ ਹੋਣਾ ਵਾ, ਜਿਹੜਾ ਹੋਇਆ ਵਾ ਸੋਨਾ ਚਾਂਦੀ ਤੇ ਜਿਹੜਾ ਕੈਸ਼ ਹੈਗਾ ਸਾਰਾ ਪਾ ਕੇ, ਤੇ ਸਾਡਾ ਦੋ ਬੇਟੀਆਂ ਸੀ ਉਹਨਾਂ ਦਾ ਵੀ ਬਣਾਇਆ ਹੋਇਆ ਸੀਗਾ, ਤੇ ਸਾਡੇ ਵਿਆਹ ਦਾ ਵੀ ਅੱਜ ਤੋਂ 25 ਸਾਲ ਪਹਿਲਾਂ 24 ਸਾਲ ਪਹਿਲਾਂ ਤੋਂ ਵਿਆਹ ਦਾ ਜਿੰਨਾ ਵੀ ਸੋਨਾ ਸੀ ਉਹ ਸਾਰਾ ਇੱਥੇ ਹੀ ਪਿਆ ਸੀਗਾ। ਕੁੱਲ ਮਿਲਾ ਕੇ ਸਾਰਾ ਜਿਹਾ ਐਸਟੀਮੇਟਰ ਲਾਈਏ ਲਗਭਗ 35 ਲੱਖ ਪਲੱਸ ਦਾ ਨੁਕਸਾਨ ਹੈਗਾ। ਕੈਸ਼ 4.5 ਲੱਖ ਜੀ। ਵੈਸ਼ਨੋ ਦੇਵੀ ਗਏ ਸੀ ਆਪਾਂ, ਸ਼ੱਕ ਦੇ ਬਾਰੇ ਮੇਰੀ ਸਮਝ ਤੋਂ ਬਾਹਰ ਹੈ, ਅਸਲ ਸਾਰਾ ਕੁਛ ਕੁਛ ਸਮਝ ਨਹੀਂ ਲੱਗਦੀ ਬਾਈ। ਬਜਾਜਾਂ ਗਲੀ, ਪਾਂਧਿਆਂ ਚੌਂਕ, ਬਟਾਲਾ। ਇਹ ਥੱਲਿਓ ਤੇ ਸਾਡਾ ਜਿਹੜਾ ਮੇਨ ਬੂਹਾ ਹੈਗਾ ਉੱਥੋਂ ਤੇ ਆਏ ਨੀਗੇ ਜੀ, ਉੱਪਰਲਾ ਬੂਹਾ ਟੁੱਟਿਆ ਤਾਂ ਮਤਲਬ ਬਾਹਰੋਂ ਕਿਸੇ ਪਾਸਿਓਂ ਹੀ ਆਏ ਆ। ਸੀਸੀਟੀਵੀ ਵੀਡੀਓ ਕੋਈ ਨੀ ਦੇਖੀ ਅਜੇ ਤੱਕ, ਕੰਪਲੇਂਟ ਪੁਲਿਸ ਵਾਲਿਆਂ ਨੂੰ ਕੀਤੀ ਸੀਗੀ ਤੇ ਉਹ ਆ ਕੇ ਤੇ ਸਾਰਾ ਲਿਖ ਕੇ ਲੈ ਗਏ ਸਾਰਾ ਕੁਛ। ਕਿਹੜਾ ਥਾਣਾ ਪੈਂਦਾ? ਸਿਟੀ ਥਾਣਾ, ਪਾਂਧਿਆਂ ਚੌਂਕ ਦੇ ਵਿੱਚ, ਬਜਾਜਾਂ ਗਲੀ। ਨਾਮ ਕੀ? ਨੀਤੂ। ਚੋਰੀ ਹੋ ਗਈ ਸਾਡੇ ਘਰ ਦੇ ਵਿੱਚ, ਸਭ ਕੁਛ ਚੁੱਕੇ ਲੈ ਗਏ ਨੇ, ਸੋਨੇ ਦੀ ਸੋਨਾ ਵੀ ਸਾਰਾ ਲੈ ਗਏ, ਚਾਂਦੀ ਵੀ ਲੈ ਗਏ, ਕੈਸ਼ ਵੀ ਲੈ ਗਏ ਸਾਰਾ, ਈਵਨ ਕਿ ਬੱਚਿਆਂ ਦੇ ਗੁਲਕਾਂ ਦੇ ਪੈਸੇ ਦੇ ਵੀ ਲੈ ਗਏ ਆ। ਲਗਭਗ 35-40 ਲੱਖ ਦਾ ਨੁਕਸਾਨ ਹੋ ਗਿਆ। ਅਸੀਂ ਵੈਸ਼ਨੋ ਦੇਵੀ ਗਏ ਦੇ ਸੀ ਆ ਕੇ, ਅਸੀਂ 7:30 ਵਜੇ ਜਦੋਂ ਸੋਮਵਾਰ ਘਰ ਆਏ ਤੇ ਸਾਨੂੰ ਪਤਾ ਲੱਗਾ ਸਭ ਕੁਛ ਖਿਲ ਰਿਹਾ ਹੋਇਆ। ਕੈਸ਼ 4.5-5 ਲੱਖ ਸੀ। ਹਾਂਜੀ, ਚੜ੍ਹਦੀ ਕਲਾ ਟਾਈਮ ਟੀਵੀ ਲਈ ਬਟਾਲਾ ਤੋਂ ਪੱਤਰਕਾਰ ਸੁਖਦੇਵ ਸਿੰਘ ਦੀ ਖਾਸ ਰਿਪੋਰਟ। ਸਬਸਕ੍ਰਾਈਬ ਕਰੋ ਚੜ੍ਹਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ।